ਦੋਸਤੋ ਸੈਂਟਰਲ ਜੇਲ੍ਹ ਲੁਧਿਆਣਾ, ਪਟਿਆਲਾ, ਡਿਸਟ੍ਰਿਕਟ ਜੇਲ੍ਹ ਸੰਗਰੂਰ, ਰੂਪਨਗਰ ਅਤੇ ਨਾਭਾ ਵਿਖੇ ਪੈਟਰੋਲ ਭਾਰਤ ਪੈਟਰੋਲੀਅਮ ਲਿਮਿਟਡ ਕੰਪਨੀ ਨੇ ਆਊਟਲੈਟ ਜਾਰੀ ਕੀਤਾ ਹੈ, ਜਿਸ ਵਿੱਚ ਕਾਫੀ ਚੰਗੀ ਜੋਬ ਰਿਕਰੂਟਮੈਂਟ ਦੀ ਅਨਾਊਂਸਮੈਂਟ ਕੀਤੀ ਗਈ ਹੈ। ਸਿੰਪਲ ਜੀ ਗੱਲ ਦੱਸਾਂ ਤੁਹਾਨੂੰ, ਮੈਨੇਜਰ, ਸੁਪਰਵਾਈਜ਼ਰ ਅਤੇ ਕੈਸ਼ੀਅਰ ਅਕਾਊਂਟੈਂਟ ਦੀ ਪੋਸਟਾਂ ਦੀ ਜ਼ਰੂਰਤ ਹੈ, ਅਤੇ ਜਿਸ ਵਾਸਤੇ 12ਵੀਂ ਪਾਸ ਕੈਂਡੀਡੇਟ ਦੀ ਡਿਮਾਂਡ ਕੀਤੀ ਗਈ ਹੈ। ਟੋਟਲ ਅਸਾਮੀਆਂ ਦੀ ਗੱਲ ਕਰੀਏ 12 ਪੋਸਟਾਂ ਨੇ। ਇਸ ਤੋਂ ਇਲਾਵਾ ਫਿਊਲ ਬੋਇਜ਼ ਜਿਹੜਾ ਪੈਟਰੋਲ ਭਰਦਾ ਉਸਦੀ ਜ਼ਰੂਰਤ ਹੈ, ਜਿਸ ਵਾਸਤੇ ਮੈਟ੍ਰਿਕ ਯਾਨੀ 10ਵੀਂ ਪਾਸ ਕੈਂਡੀਡੇਟ ਦੀ ਜ਼ਰੂਰਤ ਹੈ। ਅਤੇ ਟੋਟਲ ਪੋਸਟਾਂ ਦੀ ਗੱਲ ਕਰੀਏ ਇਹ 35 ਪੋਸਟਾਂ ਨੇ। ਇਸ ਤੋਂ ਬਾਅਦ ਏਅਰ ਬੋਇਜ਼ ਅਤੇ ਹਾਊਸਕੀਪਿੰਗ ਵਾਸਤੇ ਕੋਈ ਐਲੀਜੀਬਿਲਿਟੀ ਦੀ ਜ਼ਰੂਰਤ ਨਹੀਂ ਹੈ, ਜੇ ਤੁਸੀਂ ਨੋਰਮਲ ਕੰਮ ਜਾਣਦੇ ਹੋ ਹਾਊਸਕੀਪਿੰਗ ਦਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ 13 ਟੋਟਲ ਪੋਸਟਾਂ ਨੇ। ਇਸ ਤੋਂ ਇਲਾਵਾ ਸਿਕਿਉਰਿਟੀ ਗਾਰਡ ਦੀ ਪੋਸਟਾਂ ਨੇ, ਅਤੇ ਇਸ ਵਾਸਤੇ ਵੀ ਕੋਈ ਯੋਗਤਾ ਦੀ ਜ਼ਰੂਰਤ ਨਹੀਂ ਹੈ, ਅਤੇ ਟੋਟਲ 9 ਪੋਸਟਾਂ ਨੇ। ਇਸ ਪੋਸਟ ਨੂੰ ਅਪਲਾਈ ਕਰਨ ਵਾਸਤੇ ਇਹਨਾਂ ਨੇ ਕਿਹਾ ਰਜਿਸਟਰ ਸਪੀਡ ਪੋਸਟ ਰਾਹੀਂ ਆਪਣਾ ਵਿਨਿਕਰ ਪੱਤਰ ਇਹਨਾਂ ਦੇ ਦਿੱਤੇ ਹੋਏ ਪਤੇ ਉੱਪਰ ਸੈਂਡ ਕਰਨਾ। ਮਤਲਬ ਆਫਲਾਈਨ ਆਪਾਂ ਅਪਲਾਈ ਕਰਨੀ ਹੈ, ਜਿਵੇਂ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਦੀਆਂ ਪੋਸਟਾਂ ਆਪਾਂ ਅਪਲਾਈ ਕਰਦੇ ਹਾਂ। ਲਾਸਟ ਡੇਟ ਕਦੋਂ ਹੈ? 7/4/2022 ਤੱਕ ਆਪਾਂ ਇਹ ਅਪਲਾਈ ਕਰ ਦੇਣਾ ਹੈ। ਅਤੇ ਐਡਰੈਸ ਨੀਚੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ, ਚੈੱਕ ਕਰ ਲਿਓ। ਅਤੇ ਭਰਤੀ ਦਾ ਢੰਗ ਜਸਟ ਇੰਟਰਵਿਊ ਦੇ ਬੇਸ 'ਤੇ ਹੀ ਜਿਹੜਾ ਸਿਲੈਕਸ਼ਨ ਹੋਵੇਗੀ, ਕੋਈ ਇਗਜ਼ਾਮ ਨਹੀਂ ਹੋਵੇਗਾ ਇਸਦਾ। ਅਤੇ ਇਸਦੀ ਮਿਤੀ, ਇੰਟਰਵਿਊ ਦੀ ਮਿਤੀ ਅਤੇ ਸਮਾਂ ਵੀ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ, 11/4/2022, ਅਤੇ ਪੂਰਾ ਐਡਰੈਸ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ। ਅਤੇ ਤਨਖਾਹ ਦੀ ਹਾਲੇ ਕੋਈ ਇੱਥੇ ਡਿਟੇਲ ਮੈਂਸ਼ਨ ਨਹੀਂ ਕੀਤੀ, ਜਿਵੇਂ ਹੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਮੈਂ ਤੁਹਾਨੂੰ ਜ਼ਰੂਰ ਦੱਸ ਦੇਵਾਂ। ਜੇ ਤੁਸੀਂ ਇਸ ਆਪਸ਼ਨ ਨੋਟੀਫਿਕੇਸ਼ਨ ਨੂੰ ਚੈੱਕ ਕਰਨਾ ਚਾਹੋ ਤਾਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ www.prison.punjab.in 'ਤੇ ਜਾ ਕੇ ਇਸ ਨੂੰ ਚੈੱਕ ਕਰ ਸਕਦੇ ਹੋ।